ਮੈਂ ਦਿਦਮ ਤੇ ਮੈਂ ਈਸ਼ਾ ਆ ਤੁਹਾਨੂੰ ਲੈ ਚੱਲਦੇ ਹਾਂ ਨਿਊਯਾਰਕ ਦੇ ਐਸੇ ਚਰਚ ਵਿੱਚ ਜਿੱਥੇ ਐਂਟਰ ਕਰਦੇ ਹੀ ਇੱਕ ਖਾਸ ਆਪਣੇਪਨ ਦਾ ਅਹਿਸਾਸ ਹੁੰਦਾ ਹੈ ਜਿੱਥੇ ਤੁਸੀਂ ਸਿਰਫ ਇੱਕ ਹੀ ਕਮਿਊਨਿਟੀ ਦੇ ਲੋਕਾਂ ਨੂੰ ਨਹੀਂ ਸਗੋ ਕਿ ਅਲੱਗ ਅਲੱਗ ਲੈਂਗੁਏਜਿਸ ਜਿਵੇਂ ਕਿ ਹਿੰਦੀ ਉਰਦੂ ਪੰਜਾਬੀ ਅਤੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਇੱਕ ਹੀ ਛੱਤ ਥੱਲੇ ਪ੍ਰਭੂ ਯਿਸੂ ਮਸੀਹ ਦੀ ਅਰਾਧਨਾ ਕਰਦੇ ਹੋਏ ਦੇਖ ਸਕਦੇ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਲਾਈਫ ਚੇਂਜਿੰਗ ਟੈਸਟੀਮੋਨੀਜ਼ ਸੁਣਨ ਨੂੰ ਮਿਲਦੀਆਂ ਹਨ ਬਸ ਹੋਰ ਜ਼ਿਆਦਾ ਨਾ ਦੱਸਦੇ ਹੋਏ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਗੱਲ ਕਰ ਰਹੇ ਹਾਂ ਬੈਥਲਹਮ ਪੰਜਾਬੀ ਚਰਚ ਦੀ ਜੋ ਕਿ ਨਿਊਯਾਰਕ ਵਿੱਚ ਸਥਿਤ ਹੈ ਇਸ ਚਰਚ ਦੇ ਪਾਸਟਰ ਪਾਸਟਰ ਜਤਿੰਦਰ ਪ੍ਰਕਾਸ਼ ਗਿੱਲ ਜੀ ਹਨ ਜੋ ਕਿ ਪ੍ਰਭੂ ਦੇ ਇੱਕ ਅਭਿਸ਼ੇਕ ਸੇਵਕ ਹਨ ਪਾਸਟਰ ਜਤਿੰਦਰ ਪ੍ਰਕਾਸ਼ ਗਿੱਲ ਜੀ ਅਤੇ ਉਹਨਾਂ ਦੀ ਵਾਈਫ ਰੋਜ਼ਲਿਨ ਗਿੱਲ ਜੀ ਦੀ ਅਗਵਾਈ ਹੇਠ ਇਸ ਚਰਚ ਦੀ ਪੂਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਕਿਸੇ ਵੀ ਚਰਚ ਦੀ ਵਰਸ਼ਿਪ ਉਸ ਚਰਚ ਦੀ ਨੀਂਹ ਹੁੰਦੀ ਹੈ ਕਿਹਾ ਗਿਆ ਹੈ ਅ ਟਰੂ ਵਰਸ਼ਿਪ ਬ੍ਰਿੰਗਸ ਯੂ ਇਨਟੂ ਅ ਰਾਈਟ ਰਿਲੇਸ਼ਨਸ਼ਿਪ ਵਿਦ ਗੋਡ ਬਿਲਕੁਲ ਠੀਕ ਕਿਹਾ ਗਿਆ ਬੈਥਲਹਮ ਪੰਜਾਬੀ ਚਰਚ ਦੀ ਵਰਸ਼ਿਪ ਦੀ ਖਾਸੀਅਤ ਇਹ ਹੈ ਕਿ ਇੱਥੇ ਵਰਸ਼ਿਪ ਸਿਰਫ ਔਰ ਸਿਰਫ ਉਰਦੂ ਜਾਂ ਫਿਰ ਪੰਜਾਬੀ ਭਾਸ਼ਾ ਵਿੱਚ ਹੀ ਨਹੀਂ ਬਲਕਿ ਪਵਿੱਤਰ ਬਾਈਬਲ ਨੂੰ ਅਹਿਮ ਰੱਖਦੇ ਹੋਏ ਹੋਰ ਭਾਸ਼ਾਵਾਂ ਜਿਵੇਂ ਕਿ ਇੰਗਲਿਸ਼ ਅਤੇ ਹਿੰਦੀ ਵਿੱਚ ਵੀ ਵਰਸ਼ਿਪ ਕੀਤੀ ਜਾਂਦੀ ਹੈ ਗ੍ਰੇਟ ਈਸ਼ਾ ਯੂ ਨੋ ਇਸ ਚਰਚ ਨੂੰ ਤਿੰਨ ਕੈਟੇਗਰੀਜ਼ ਵਿੱਚ ਡਿਵਾਈਡ ਕੀਤਾ ਹੋਇਆ ਹੈ ਕਿਡਸ ਮਿਨਿਸਟਰੀ ਯੂਥ ਮਿਨਿਸਟਰੀ ਐਂਡ ਮੈਨ ਐਂਡ ਵਿਮੈਨ ਮਿਨਿਸਟਰੀ ਉਹ ਇਹਨਾਂ ਦਾ ਕੀ ਮਤਲਬ ਇਸ ਦਾ ਮਤਲਬ ਹੈ ਕਿ ਹਰ ਇੱਕ ਏਜ ਗਰੁੱਪ ਨੂੰ ਡਿਵਾਈਡ ਕੀਤਾ ਹੋਇਆ ਹੈ ਸਾਲ ਦੇ ਦੋ ਮੁੱਖ ਸੈਲੀਬ੍ਰੇਸ਼ਨ ਕ੍ਰਿਸਮਸ ਅਤੇ ਈਸਟਰ ਨੂੰ ਤਾਂ ਧੂਮਧਾਮ ਨਾਲ ਮਨਾਇਆ ਹੀ ਜਾਂਦਾ ਹੈ ਉਸ ਦੇ ਨਾਲ ਨਾਲ ਡਿਫਰੈਂਟ ਡਿਫਰੈਂਟ ਐਕਟੀਵਿਟੀਜ਼ ਦੇ ਨਾਲ ਕਰਾਇਆ ਜਾਂਦਾ ਹੈ ਸਟੇਜ ਦੇ ਕਿਡਸ ਮਿਨਿਸਟਰੀ ਵੱਲੋਂ ਅਲੱਗ ਅਲੱਗ ਸੌਂਗ ਡਾਂਸਿਸ ਸ਼ਾਰਟ ਸਕੇਚ ਮਾਈਮ ਐਸੈਟਰਾ ਇਵੈਂਟਸ ਪ੍ਰਜੈਂਟ ਕੀਤੇ ਜਾਂਦੇ ਹਨ ਛੋਟੇ ਛੋਟੇ ਬੱਚੇ ਬਹੁਤ ਜ਼ਿਆਦਾ ਐਕਸਾਈਟਮੈਂਟ ਨਾਲ ਇਹਨਾਂ ਸਾਰੇ ਇਵੈਂਟਸ ਵਿੱਚ ਪਾਰਟੀਸੀਪੇਟ ਕਰਦੇ ਹਨ ਸੰਡੇ ਸਕੂਲ ਵਿੱਚ ਬੱਚਿਆਂ ਨੂੰ ਬਾਈਬਲ ਨਾਲ ਰਿਲੇਟਿਡ ਸਟੱਡੀ ਕਰਵਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਹਰ ਮੰਥ ਬੱਚਿਆਂ ਲਈ ਸਪੈਸ਼ਲ ਵਰਕਸ਼ਾਪ ਲਗਾਏ ਜਾਂਦੇ ਹਨ ਜਿਨ੍ਹਾਂ ਵਿੱਚ ਆਰਟ ਐਂਡ ਕ੍ਰਾਫਟ ਡਾਂਸ ਅਤੇ ਬਾਈਬਲ ਸਟੱਡੀ ਕਰਵਾਈ ਜਾਂਦੀ ਹੈ ਸੋ ਆਈ ਐਮ ਰੀਲੀ ਐਕਸਾਈਟਿਡ ਟੂ ਜੁਆਇਨ ਇਟ ਯਾ ਮੀ ਟੂ ਪਰ ਈਸ਼ਾ ਹੁਣ ਆਪਾਂ ਬੱਚੇ ਤਾਂ ਨਹੀਂ ਰਹੇ ਹੁਣ ਆਪਾਂ ਯੂਥ ਹੈ ਅਤੇ ਆਪਾਂ ਯੂਥ ਮਿਨਿਸਟਰੀ 'ਚ ਆਵਾਂਗੇ ਹਾਂ ਉਹ ਤਾਂ ਹੈ ਯੂ ਨੋ ਯੂਥ ਮਿਨਿਸਟਰੀ ਇੱਕ ਬਹੁਤ ਹੀ ਐਨਰਜੈਟਿਕ ਟੀਮ ਹੈ ਇਹ ਪੂਰੇ ਇਵੈਂਟਸ ਪੂਰੇ ਪੂਰੇ ਜੋਰਾਂ ਸ਼ੋਰਾਂ ਨਾਲ ਮਨਾਉਂਦੀ ਹੈ ਇਹਨਾਂ ਵੱਲੋਂ ਡਿਫਰੈਂਟ ਸਕੇਟਸ ਬੜੇ ਉੱਚੇ ਲੈਵਲ ਦੇ ਥੀਏਟਰ ਇਵੈਂਟਸ ਵੀ ਕੀਤੇ ਜਾਂਦੇ ਹਨ ਸਾਰੀ ਚਰਚ ਦੀਆਂ ਡੈਕੋਰੇਸ਼ਨਸ ਅਰੇਂਜਮੈਂਟਸ ਐਕਸੈਟਰਾ ਵੀ ਯੂਥ ਮਿਨਿਸਟਰੀ ਹੀ ਕਰਦਾ ਹੈ ਬਿਲਕੁਲ ਠੀਕ ਹੁਣ ਗੱਲ ਕਰਦੇ ਹਾਂ ਮੈਂਸ ਅਤੇ ਵੂਮੈਨਸ ਮਿਨਿਸਟਰੀ ਟੀਮ ਦੀ ਸਾਡੇ ਭੈਣ ਦੇ ਭਰਾ ਕਿਸੇ ਗੱਲੋਂ ਘੱਟ ਨਹੀਂ ਹਰ ਬੁੱਧਵਾਰ ਅਤੇ ਵੀਰਵਾਰ ਨੂੰ ਸਪੈਸ਼ਲ ਪ੍ਰੇਅਰ ਰਿਕੁਐਸਟ ਬਾਈਬਲ ਸਟੱਡੀ ਅਤੇ ਹੋਰ ਸੈਲੀਬ੍ਰੇਸ਼ਨਸ ਦੀ ਪਰਫੋਰਮੈਂਸਿਸ ਫੂਡ ਅਰੇਂਜਮੈਂਟ ਐਕਸੈਟਰਾ ਸਾਰੇ ਸਾਡੇ ਮੈਨ ਅਤੇ ਵੂਮੈਨਸ ਟੀਮ ਦੇ ਮੈਂਬਰ ਹੀ ਕਰਦੇ ਹਨ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਅਤੇ ਪ੍ਰਭੂ ਦੀ ਬਾਣੀ ਨਾਲ ਸਭ ਨੂੰ ਜੋੜਨ ਲਈ ਸਪੈਸ਼ਲ ਮੀਟਿੰਗਸ ਵੀ ਕਰਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਰੋਗ ਪਰੇਸ਼ਾਨੀਆਂ ਅਤੇ ਕਲੇਸ਼ਾਂ ਤੋਂ ਮੁਕਤੀ ਪਾਉਣ ਲਈ ਸਪੈਸ਼ਲ ਪ੍ਰੇਅਰਸ ਕੀਤੀ ਜਾਂਦੀਆਂ ਹਨ ਇਸ ਤੋਂ ਇਲਾਵਾ ਸਾਡੇ ਚਰਚ ਵਿੱਚ ਓਕੇਜ਼ਨਲੀ ਡਿਫਰੈਂਟ ਗੈਸਟ ਸਪੀਕਰਸ ਵੀ ਆਉਂਦੇ ਹਨ ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਬਿਮਾਰੀਆਂ ਕਲੇਸ਼ਾਂ ਦੁੱਖਾਂ ਪਰੇਸ਼ਾਨੀਆਂ ਤੋਂ ਮੁਕਤੀ ਦਿੱਤੀ ਜਾਂਦੀ ਹੈ ਜਦੋਂ ਗੈਸਟ ਸਪੀਕਰਸ ਆਉਂਦੇ ਆ ਉਹਨਾਂ ਨੂੰ ਸਪੈਸ਼ਲ ਮੀਟਿੰਗਸ ਕਹਿੰਦੇ ਹਨ ਪ੍ਰਭੂ ਦੇ ਵਚਨ ਨੂੰ ਪਾਸਟਰ ਜੀ ਹਿੰਦੀ ਅਤੇ ਪੰਜਾਬੀ 'ਚ ਤਾਂ ਦੱਸਦੇ ਹੀ ਆ ਲੇਕਿਨ ਉਸ ਦੇ ਨਾਲ ਨਾਲ ਇੰਗਲਿਸ਼ 'ਚ ਵੀ ਇੰਟਰਪ੍ਰੇਟ ਕੀਤਾ ਜਾਂਦਾ ਹੈ ਇਹਨਾਂ ਸਾਰੀਆਂ ਇਵੈਂਟਸ ਮੀਟਿੰਗ ਅਤੇ ਸੈਲੀਬ੍ਰੇਸ਼ਨਸ ਦੀ ਕਵਰੇਜ ਲਈ BBC ਮੀਡੀਆ ਟੀਮ ਵੀ ਨਿਯੁਕਤ ਕੀਤੀ ਗਈ ਹੈ ਜੋ ਕਿ ਆਪਣਾ ਕੰਮ ਬਖੂਬੀ ਨਿਭਾ ਰਹੀ ਹੈ ਤੁਸੀਂ ਸਾਰੇ ਫੇਸਬੁੱਕ ਟਵਿੱਟਰ ਯੂਟਿਊਬ ਅਤੇ BBC ਚੈਨਲ 'ਤੇ ਚਰਚ ਦੀ ਸਾਰੀ ਅਪਡੇਟਸ ਲੈ ਸਕਦੇ ਹੋ BBC ਦੀ ਆਪਣੀ ਇੱਕ ਐਪ ਵੀ ਹੈ ਜਿਸ ਉੱਤੇ ਪਾਸਟਰ ਜੀ ਦੇ ਦਿੱਤੇ ਹੋਏ ਪ੍ਰਭੂ ਦੇ ਬਚਨ ਨੂੰ ਚਰਚ ਦੇ ਗਾਏ ਹੋਏ ਵਰਸ਼ਿਪ ਸੌਂਗਸ ਅਤੇ ਹਿੰਦੀ ਪੰਜਾਬੀ ਬਾਈਬਲ ਵੀ ਦੇਖ ਸਕਦੇ ਹੋ ਰਿਦਮ ਐਪ ਦਾ ਨਾਮ ਨਹੀਂ ਦੱਸਿਆ ਓ ਹਾਂ ਮੈਂ ਤਾਂ ਭੁੱਲ ਗਈ ਐਪ ਦਾ ਨਾਮ ਹੈ ਰੂਹ ਦੀ ਖੁਰਾਕ ਇਸ 'ਤੇ ਤੁਸੀਂ ਆਪਣੀ ਪ੍ਰੇਅਰ ਰਿਕੁਐਸਟ ਵੀ ਸੈਂਡ ਕਰ ਸਕਦੇ ਹੋ ਅਮੇਜ਼ਿੰਗ ਇਹਨਾਂ ਸਭ ਕੁਝ ਸੁਣਨ ਦੇ ਬਾਅਦ ਤਾਂ ਹੁਣ ਤੁਸੀਂ ਬੈਥਲਹਮ ਪੰਜਾਬੀ ਚਰਚ ਬਾਰੇ ਜਾਣ ਹੀ ਗਏ ਹੋਵੋਗੇ ਜੇ ਤੁਸੀਂ ਵੀ ਪਰਮੇਸ਼ਵਰ ਦੀ ਬਰਕਤਾਂ ਹਾਸਲ ਕਰਨਾ ਚਾਹੁੰਦੇ ਹੋ ਜੇ ਤੁਸੀਂ ਵੀ ਆਪਣੀ ਲਾਈਫ ਵਿੱਚ ਯਿਸੂ ਮਸੀਹ ਦੀਆਂ ਚੰਗਾਈਆਂ ਨੂੰ ਪਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਤਬਦੀਲ ਕਰਨਾ ਚਾਹੁੰਦੇ ਹੋ ਜੇ ਤੁਸੀਂ ਵੀ ਦੁੱਖਾਂ ਕਲੇਸ਼ਾਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਆਓ ਪਰਮੇਸ਼ਵਰ ਦੇ ਘਰ ਬੈਥਲਹਮ ਪੰਜਾਬੀ ਚਰਚ ਵਿੱਚ ਤੁਹਾਨੂੰ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਹਰ ਐਤਵਾਰ ਤੇ ਬੁੱਧਵਾਰ ਤੇ ਵੀਰਵਾਰ ਬਾਈਬਲ ਸਟੱਡੀ ਲਈ ਪਰਮੇਸ਼ਵਰ ਦੇ ਦਰ ਤੇ ਤੁਹਾਡਾ ਸਭ ਦਾ ਸਵਾਗਤ ਅਤੇ ਸਾਡੇ ਵੱਲੋਂ ਧੰਨਵਾਦ